सिद्धू मूसेवाला है ना नाम, वो हमेशा सारिया नू याद रहूगा। ਉਹਨਾਂ ਦੇ ਗਾਣੇ ਜਦੋਂ ਸੁਣਦੇ ਸੀ ਜਾਂ ਜੋ ਇਹ ਸਾਰਾ ਕੁਝ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਿੱਧੂ ਮੂਸੇਵਾਲਾ ਦੇਖੋ ਤੁਸੀਂ ਤਾਂ ਬਹੁਤ ਮਿਹਨਤ ਕੀਤੀ ਮੁੰਡੇ ਨੇ। ਬਿਲਕੁਲ, ਮੈਨੂੰ ਯਾਦ ਹੈ ਯੰਗ ਜਿਹਾ ਮੁੰਡਾ ਹੁੰਦਾ ਸੀ, ਡੀਜੇ ਵਜਾਉਂਦਾ ਸੀ ਛੋਟੇ ਜਿਹੇ ਪੈਸੇ ਲੈ ਕੇ ਚੰਡੀਗੜ੍ਹ 'ਚ, ਅਸੀਂ ਜਾ ਕੇ ਉਹਦਾ ਡੀਜੇ ਦਾ ਵੀ ਸ਼ੋਅ ਦੇਖਿਆ, ਬੜਾ ਮਿਊਜ਼ਿਕ ਵਜਾ ਰਿਹਾ। ਉਹਦੇ ਬਾਅਦ ਸਿੱਧੂ ਮੂਸੇਵਾਲਾ ਵੱਧਦੇ 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 ਕਿੱਥੇ ਤੱਕ ਪਹੁੰਚਿਆ, ਬਿਲਕੁਲ ਇੰਨਾ ਨਾਂ ਕਾਇਮ ਕੀਤਾ, ਇੰਨਾ ਵੱਡਾ ਯਾਨੀ ਸਿੰਗਰ ਬਣਿਆ। ਬਿਲਕੁਲ, ਅਤੇ ਉਹਦੇ ਬਾਅਦ ਉਹਦੀ ਡੈਥ ਹੋ ਗਈ। ਉਹਦੀ ਡੈਥ ਜਿਹੜੀ ਹੈ ਉਹ ਗਲਤ ਹੋਈ ਹੈ, ਬਹੁਤ ਰੋਂਗ ਹੋਈ ਹੈ, ਅਤੇ ਉਹ ਹੁਣ ਲੈਜੈਂਡ ਬਣ ਗਿਆ, ਅਮਰ ਹੋ ਗਿਆ ਸਿੱਧੂ ਮੂਸੇਵਾਲਾ, ਅਤੇ ਉਹਦੇ ਹਿਸਟਰੀ ਕ੍ਰੀਏਟ ਕਰ ਗਏ ਉਹਦੇ ਜਿਹੜੇ ਗਾਣੇ ਉਹਨੇ ਬਣਾਏ। ਬਿਲਕੁਲ, ਲੇਕਿਨ ਹੀ ਇਜ਼ ਗੋਨ, ਯੂ ਕੈਨਟ ਗੈਟ ਹਿਮ ਬੈਕ। ਬਿਲਕੁਲ, ਐਂਡ ਵਨ ਟੈਲੈਂਟ, ਵਨ ਸੁਪਰ ਟੈਲੈਂਟ ਆਫ ਦ ਕੰਟਰੀ ਇਜ਼ ਗੋਨ, ਅਤੇ ਕਿਸੇ ਦੀ ਲਾਈਫ ਲੈਣਾ ਆਈ ਥਿੰਕ ਇਜ਼ ਅ ਵੈਰੀ ਰੋਂਗ ਥਿੰਗ। ਬਿਲਕੁਲ, ਯਾਨੀ ਕਿਸੇ ਨੈਚੁਰਲ ਡੈਥ ਹੋਣੀ ਗੱਲ ਵੱਖਰੀ ਹੈ, ਲੇਕਿਨ ਲਾਈਫ ਲੈਣਾ ਕਿਸੇ ਦੀ ਪੈਸਿਆਂ ਲਈ ਜਾਂ ਕੋਈ ਚੀਜ਼ਾਂ ਲਈ, I think that is very wrong. ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ। ਤੇ ਜਦੋਂ ਤੁਸੀਂ ਜੇਲ੍ਹ 'ਚ ਬਹਿ ਕੇ ਵੀ ਇੱਦਾਂ ਦੇ ਕੰਮ ਕਰ ਸਕਦੇ ਹੋ ਤਾਂ ਫਿਰ ਤਾਂ ਕੁਛ ਵੀ ਹੋ ਸਕਦਾ। ਬਿਲਕੁਲ।